ਬੈਠਾ ਹੋਇਆ, ਮੁਰਗਾ ਹੈ। ਇਹ ਸਿਆਣੇ ਲੋਕ ਜਿਹੜੇ ਇਹ ਕੰਮ ਕਰਦੇ ਆ ਜੀ, ਇਹਨਾਂ ਸਿਆਣੇ ਲੋਕਾਂ ਦੀ ਮੈਂ ਇੱਕ ਤੁਹਾਨੂੰ ਗੱਲ ਦੱਸਣਾ, ਅਗਰ ਇਹ ਲੋਕ ਇਹੋ ਜਿਹੇ ਸਿਆਣੇ ਲੋਕਾਂ ਦੇ ਅਤੇ ਇਹੋ ਜਿਹੇ ਜਿਹੜੇ ਲੋਕ ਕਰਦੇ ਨੇ, ਇਹਨਾਂ 'ਤੇ ਲੱਖ ਲਾਣਤ ਹੈ ਜਿਹੜੇ ਇਹ ਕੰਮ ਕਰ ਰਹੇ ਹੈ, ਜਿਹੜੇ ਇਹਨਾਂ ਚੀਜ਼ਾਂ 'ਚ ਆਪਣਾ ਟਾਈਮ ਖਰਾਬ ਕਰ ਰਿਹਾ। ਅਗਰ ਵਾਕਈ ਕੋਈ ਸਿਆਣੇ ਲੋਕ ਹੁੰਦੇ, ਜਿਹੜੇ ਸਿਆਣੇ ਲੋਕ ਹੈਗੇ ਨੇ, ਉਹਨਾਂ ਦਾ ਕੰਮ ਹੁੰਦਾ ਦੇਸ਼ ਦੇ ਹਿੱਤ ਲਈ, ਸਮਾਜ ਦੇ ਹਿੱਤ ਲਈ ਕੰਮ ਕਰਨਾ, ਨਾ ਕਿ ਇਹਨਾਂ ਵਿੱਚ ਟਾਈਮ ਖਰਾਬ ਕਰਨਾ ਆਪਣਾ। ਤੁਸੀਂ ਜਾਗਰੂਕ ਹੋਵੋ। ਆਹ ਤੁਹਾਨੂੰ ਮੈਂ ਦਿਖਾਉਂਦਾ ਜੀ, ਇਹ ਨਾਰੀਅਲ ਹੈ, ਲਪੇਟ ਕੇ ਰੱਖਿਆ ਹੋਇਆ, ਇਹ ਕਿਸੇ ਜੀਵ ਦੀ ਹੱਤਿਆ ਕਰ ਰੱਖੀ ਹੈ। ਇੱਧਰ ਦੇਖੋ, ਆਹ ਦਾਰੂ ਦੀ ਬੋਤਲ ਹੈ ਜੀ, ਚੜਾ ਰੱਖੀ ਹੈ। ਇਹ ਕੁਛ ਸ਼ਿੰਗਾਰ ਹੈ, ਚੂੜੀਆਂ, ਇਹਨਾਂ ਚੀਜ਼ਾਂ 'ਤੇ ਆਪਣਾ ਪੈਸਾ ਖਰਾਬ ਕਰ ਰਹੇ ਲੋਕ। ਔਰ ਇਹ ਬਾਬੇ ਸਿਰਫ ਇੱਕ ਠੱਗਣ ਤੋਂ ਸਿਵਾ ਹੋਰ ਕੁਛ ਨਹੀਂ ਕਰ ਰਹੇ। ਤੁਹਾਨੂੰ ਲੋਕਾਂ ਨੂੰ ਇਹ ਬੇਨਤੀ ਹੈ ਜੀ, ਤੁਸੀਂ ਇਹਨਾਂ ਇਹਨਾਂ ਚੀਜ਼ਾਂ ਵਿੱਚ ਟਾਈਮ ਖਰਾਬ ਨਾ ਕਰੋ, ਸੁਧਰਨ ਦੀ ਕੋਸ਼ਿਸ਼ ਕਰੋ। ਅੱਜ ਦਿਖਾਉਂਦਾ ਜੀ ਤੁਹਾਨੂੰ, ਹੋਰ ਦਿਖਾਉਂਦਾ। ਇੱਕ ਆਹ ਦਾਰੂ ਦੀ ਬੋਤਲ ਹੈ ਜੀ, ਇਹਦੇ 'ਚ ਇਹਨੂੰ ਪਤਾ ਨਹੀਂ ਪਿੰਡ ਬੋਲਦੇ ਹੈ ਜੀ, ਪਿੰਡ ਆਟੇ ਦੇ, ਜਿਹੜੇ ਵਿਚਾਰੇ ਕਿਸੇ ਗਰੀਬ ਨੂੰ ਦਿੱਤੇ ਹੁੰਦੇ ਤਾਂ ਵਿਚਾਰਾ ਚਾਰ ਰੋਟੀ ਬਣਾ ਕੇ ਖਾ ਲੈਂਦਾ, ਠੀਕ ਹੈ ਜੀ। ਆਹ ਮਟਕਾ ਹੈ ਜੀ, ਇਹਦੇ 'ਚ ਪਤਾ ਨਹੀਂ ਕੀ ਪਾ ਰੱਖਿਆ। ਇਹ ਅੰਡਾ ਹੈ ਜੀ, ਵੈਸੇ ਮੈਂ ਅੰਡਾ ਮੀਟ ਖਾਂਦਾ ਤਾਂ ਨਹੀਂ ਹੈਗਾ, ਤੁਹਾਨੂੰ ਮੈਂ ਦਿਖਾ ਰਹੇ ਨੇ ਤਾਂ ਤੁਹਾਨੂੰ ਮੈਂ ਜੇ ਖਾ ਕੇ ਦਿਖਾਉਂਦਾ। ਆਹ ਜੀ ਦਾਰੂ ਦੀ ਬੋਤਲ, ਇਹ ਦਾਰੂ ਦੀ ਬੋਤਲ ਰੱਖੀ ਹੋਈ ਹੈ, ਕਾਫੀ ਕੁਛ ਹੈ ਜੀ। ਆਹ ਦੇਖ ਲਓ, ਇਹਨਾਂ ਚੀਜ਼ਾਂ 'ਤੇ ਪੈਸਾ ਖਰਾਬ ਕੀਤਾ ਗਿਆ। ਅਗਰ ਇਹੀ ਪੈਸੇ ਬਚਾਏ ਹੁੰਦੇ ਤਾਂ ਕਿਸੇ ਗਰੀਬ ਦੀ, ਕਿਸੇ ਜ਼ਰੂਰਤਮੰਦ ਦੀ ਸੇਵਾ ਹੋ ਜਾਂਦੀ। ਆਹ ਜੀ ਗੰਗਾ ਜਲ, ਇਹ ਗੰਗਾ ਜਲ ਮੈਂ ਤੁਹਾਨੂੰ ਪੀ ਕੇ ਦਿਖਾਵਾਂਗਾ, ਠੀਕ ਹੈ ਜੀ। ਇਹਦੇ ਵਿੱਚੋਂ ਨਿਕਲਿਆ, ਆਹ ਜੀ ਗੰਗਾ ਜਲ। ਸਾਨੂੰ ਲੋਕਾਂ ਨੂੰ ਬੇਨਤੀ ਹੈ, ਤੁਸੀਂ ਇਹ ਵੀਡੀਓ ਜ਼ਰੂਰ ਸ਼ੇਅਰ ਕਰਨੀ ਹੈ, ਜਿਹੜੇ ਲੋਕਾਂ ਨੇ ਇਹ ਕੀਤਾ ਹੈ ਜੀ, ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਣੀ ਚਾਹੀਦੀ ਹੈ ਵੀ ਤੁਸੀਂ ਆਪਣਾ ਟਾਈਮ ਖਰਾਬ ਕਰ ਰਹੇ ਹੋ। ਜੇ ਤੁਹਾਡਾ ਭਲਾ ਨਹੀਂ ਹੋ, ਜਦੋਂ ਮੇਰਾ ਨਹੀਂ ਕੁਛ ਹੋ ਰਿਹਾ ਤਾਂ ਤੁਹਾਡਾ ਭਲਾ ਕਿੱਥੋਂ ਹੋ ਜਾਏਗਾ? ਇਹੋ ਜਿਹੇ ਬਾਬਿਆਂ 'ਤੇ ਜ਼ੋਰਦਾਰ ਤਮਾਚਾ ਮਾਰਿਆ ਜਾਵੇ, ਸਮਾਜ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ, ਸਾਡਾ ਸਾਥ ਦਿਓ। ਪਲੀਜ਼ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ, ਧੰਨਵਾਦ।